ਮੰਤਰੀ ਹਰਭਜਨ ਸਿੰਘ ETO ਹਲਕਾ ਜੰਡਿਆਲਾ ਦੇ ਪਿੰਡਾਂ ਦਾ ਦੌਰਾ ਕਰਨ ਦੇ ਲਈ ਨਿਕਲੇ ਨੇ ਤਾਂ ਅੱਜ ਉਹ ਪਿੰਡ ਉਦੋ ਨੰਗਲ ਵਿਖੇ ਮੌਜੂਦ ਨੇ। ਮੰਤਰੀ ਸਾਹਿਬ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਹੋ ਜੀ? ਬਿਲਕੁਲ ਜੀ, ਜੰਡਿਆਲਾ ਗੁਰੂ ਹਲਕੇ ਦੇ ਵਿੱਚ ਅੱਜ ਵੱਖ ਵੱਖ ਕੋਈ ਸੜਕਾਂ ਦੇ ਕੋਈ ਫਰਨੀਆਂ ਦੇ ਉਦਘਾਟਨ ਸੀਗੇ। ਸੋ ਉਹਦੇ ਇੱਥੇ ਮੈਂ ਪਿੰਡ ਉਦੋ ਨੰਗਲ ਦੇ ਵਿੱਚ ਆਇਆ। ਇੱਥੋਂ ਮਹਿਤਾ ਰੋਡ ਤੋਂ ਲੈ ਕੇ ਉਦੋ ਨੰਗਲ ਤੱਕ ਦੀ ਜਿਹੜੀ ਸ਼ਮਸ਼ਾਨ ਘਾਟ ਆ, ਉੱਥੋਂ ਤੱਕ ਇਹ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀਗੀ ਕਿ ਇਹਨੂੰ ਜਿਹੜਾ ਉਹ ਬਣਾਇਆ ਜਾਵੇ। ਸੋ ਅੱਜ ਅਸੀਂ 24,22,000 ਰੁਪਇਆ ਇਹਦੇ 'ਤੇ ਮਨਜ਼ੂਰ ਕੀਤਾ ਔਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਕਰ ਰਹੇ ਹਾਂ, ਬਹੁਤ ਜਲਦੀ ਬਣ ਕੇ ਤਿਆਰ ਹੋ ਜੂਗੀ। ਸਰ ਹੋਰ ਵੀ ਸੜਕਾਂ ਜਿਹੜੀਆਂ ਇਹਦੇ ਨਾਲ ਦੇ ਨਾਲ ਅੱਜ ਉਦਘਾਟਨ ਜੀ ਕਾਫੀ ਅੱਜ ਪਿੱਛੇ ਵੀ ਇੱਕ ਭੱਟੀ ਕੇ ਪਿੰਡ ਦੇ ਵਿੱਚ ਵੀ, ਫਿਰ ਦਿਆਲਗੜ੍ਹ ਨੰਗਲੀ ਕਾਫੀ ਜਿਹੜੇ ਪਿੰਡ ਨੇ ਉੱਥੇ ਅੱਜ ਅਸੀਂ ਜਿਹੜਾ ਸੜਕਾਂ ਬਣਾਉਣ ਦੀ ਸ਼ੁਰੂਆਤ ਜਿਹੜੀ ਆ ਉਹ ਕਰਨੀ। ਸਰ ਡਿਵੈਲਪਮੈਂਟ ਨੂੰ ਲੈ ਕੇ ਹੋਰ ਸਰਕਾਰ ਕੀ ਕੰਮ ਕਰ ਰਹੀ ਹੈ ਪੰਜਾਬ ਪੱਧਰ ਤੇ? ਦੇਖੋ, ਡਿਵੈਲਪਮੈਂਟ ਨੂੰ ਲੈ ਕੇ ਹਰ ਖੇਤਰ ਦੇ ਵਿੱਚ ਹੀ ਅਸੀਂ, ਚਾਹੇ ਸਾਡੇ ਸਕੂਲ ਨੇ, ਚਾਹੇ ਸਾਡੇ ਹਸਪਤਾਲ ਨੇ, ਮੁਹੱਲਾ ਕਲੀਨਿਕ ਨੇ, ਜਾਂ ਸੜਕਾਂ ਬਣਾਉਣ ਦੇ ਕੰਮ ਨੇ, ਕੋਈ ਸਰਕਾਰੀ ਬਿਲਡਿੰਗਸ ਦੇ ਕੰਮ ਨੇ, ਉਹ ਸਾਰਿਆਂ ਦੇ ਵਿੱਚ ਹੀ ਸਰਕਾਰ ਜਿਹੜੀ ਆ ਉਹ ਕੈਪੀਟਲ ਇਨਵੈਸਟਮੈਂਟ ਜਿਹੜੀ ਆ ਉਹ ਕਰ ਰਹੀ ਹੈ। ਇੱਥੋਂ ਤੱਕ ਕਿ ਸਾਡੇ ਜਿਹੜੇ ਹੈਗੇ ਨੇ ਦੂਸਰੇ ਵਿਭਾਗ, ਜਿਸ ਤਰ੍ਹਾਂ ਨਹਿਰੀ ਵਿਭਾਗ ਸਾਡਾ, ਉਹ ਸੂਏ ਪੱਕੇ ਕਰਨ ਦਾ ਕੰਮ, ਨਹਿਰੀ ਪਾਣੀ ਜਿਹੜਾ ਉਹ ਟੇਲਾਂ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਉਹ ਜੰਗੀ ਪੱਧਰ 'ਤੇ ਜਾਰੀ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਜਿਹੜੀ ਆ ਉਹ ਖੇਤਾਂ ਵਾਸਤੇ ਕੀਤੀ ਜਾਵੇ, ਜਿਹਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਜਿਹੜਾ ਆ ਉਹ ਬਚ ਸਕੇ। ਸਰ, ਇੱਕ ਪੰਚਾਇਤੀ ਚੋਣਾਂ ਵੀ ਹੁਣ ਸਿਰ 'ਤੇ ਹੀ ਨੇ, ਬਹੁਤ ਜਲਦ ਆ ਰਹੀਆਂ ਨੇ, ਉਸ ਨੂੰ ਲੈ ਕੇ ਕੀ ਸਰਕਾਰ ਦੀਆਂ ਤਿਆਰੀਆਂ ਨੇ? ਦੇਖੋ, ਪੰਚਾਇਤੀ ਚੋਣਾਂ ਦੇ ਵਿੱਚ ਤਿਆਰੀ ਆ, ਉਹਦੇ ਵਿੱਚ ਅਸੀਂ ਜਿਹੜੀਆਂ ਪੰਚਾਇਤੀ ਚੋਣਾਂ ਨੇ, ਕਿਉਂਕਿ ਪਿੰਡ ਦੀਆਂ ਨੇ, ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬੰਦੀ ਨਾ ਹੋਵੇ। ਲੋਕ, ਮੇਰੀ ਲੋਕਾਂ ਨੂੰ ਅਪੀਲ ਆ ਕਿ ਸ਼ਾਂਤੀਪੂਰਵਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਵੱਧ ਤੋਂ ਵੱਧ, ਅਤੇ ਮੈਂ ਚਾਹੂੰਗਾ ਕਿ ਜਿਹੜੀਆਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣਨ, ਕਿਉਂਕਿ ਸਰਪੰਚ ਜਿਹੜਾ ਬਣਨਾ ਹੁੰਦਾ ਉਹ ਪਿੰਡ ਦਾ ਬਣਨਾ ਹੁੰਦਾ, ਕਿਸੇ ਪਾਰਟੀ ਦਾ ਨਹੀਂ ਬਣਨਾ ਹੁੰਦਾ। ਸੋ ਸਰਪੰਚ ਜੇ ਪਿੰਡ ਦਾ ਸਰਬਸੰਮਤੀ ਦੇ ਨਾਲ ਬਣੂਗਾ ਤਾਂ ਸਾਰੇ ਪਿੰਡ ਦਾ ਵਿਕਾਸ ਜਿਹੜਾ ਆ ਉਹ ਵੱਡੇ ਪੱਧਰ 'ਤੇ ਹੋਊਗਾ, ਕੋਈ ਧੜੇਬੰਦੀ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਨਹੀਂ ਰਹੂਗੀ। ਏਟੂ ਸਾਹਿਬ, ਇੱਕ ਬੜਾ ਮੇਨ ਇਸ਼ੂ ਬਣਿਆ ਜੀ ਅੱਜ ਦੀ ਡੇਟ ਦੇ ਵਿੱਚ, ਵੇਖਦੇ ਹਾਂ ਤਾਂ ਬਹੁਤ ਜ਼ਿਆਦਾ ਜਿਹੜਾ ਗਨ ਕਲਚਰ ਜਿਹੜਾ ਉਹ ਪ੍ਰਮੋਟ ਹੋ ਰਿਹਾ ਹੈ, ਜਿਹੜੇ ਆਮ ਤੌਰ ਦੇ ਉੱਤੇ ਗੋਲੀ ਚੱਲਣ ਦੀਆਂ ਘਟਨਾਵਾਂ, ਵਾਰਦਾਤਾਂ ਇਹੋ ਜਿਹੀਆਂ ਬਹੁਤ ਜ਼ਿਆਦਾ ਪੰਜਾਬ 'ਚ ਆ। ਜੇ ਆਪਾਂ ਮਹਿਤੇ ਚੌਂਕ ਦੀ ਗੱਲ ਕਰੀਏ ਤਾਂ ਇੱਕ ਮਹੀਨੇ ਦੇ ਵਿੱਚ ਮੈਂ ਸਮਝਦਾ ਕਿ 2 ਵਾਰ ਜਿਹੜੀ ਗੋਲੀ ਚੱਲ ਗਈ ਹੈ ਇੱਥੇ, ਜਿਹਦੇ ਨਾਲ ਲੋਕਾਂ ਦੇ ਵਿੱਚ ਬੜਾ ਸਹਿਮ ਅਤੇ ਕਾਰੋਬਾਰੀ ਬੜਾ ਡਰੇ ਹੋਏ ਨੇ ਇਸ ਚੀਜ਼ ਨੂੰ ਲੈ ਕੇ। ਦੇਖੋ, ਜਿੱਥੋਂ ਤੱਕ ਵੀ ਸਾਡਾ ਲੋਅ ਐਂਡ ਆਰਡਰ ਦਾ ਸਵਾਲ ਆ, ਅਸੀਂ ਕਾਫੀ ਜਿਹੜਾ ਆ ਉਹ ਲੋਅ ਐਂਡ ਕੰਟਰੋਲ ਜਿਹੜਾ ਆਰਡਰ ਆ ਉਹ ਬਿਲਕੁਲ ਸਹੀ ਆ। ਜਿੱਥੋਂ ਤੱਕ ਕ੍ਰਾਈਮ ਦਾ ਸੰਬੰਧ ਆ, ਜਿਵੇਂ ਜੰਡਿਆਲੇ ਦੇ ਵਿੱਚ ਵੀ ਇਹ ਘਟਨਾ ਹੋਈ, ਅਸੀਂ ਵਿਦ ਇਨ 24 ਆਵਰਸ ਜਿਹੜੇ ਆ ਉਹ ਦੋਸ਼ੀ ਫੜਦੇ। ਇੱਥੇ ਵੀ ਜਿਹੜੀ ਘਟਨਾ ਹੋਈ ਆ ਮਹਿਤੇ ਚੌਂਕ ਦੇ ਵਿੱਚ ਵੀ, ਉਹ ਵੀ ਮੈਂ ਉਸੇ ਵੇਲੇ ਕੱਲ੍ਹ ਮੋਗੇ ਜਾ ਰਿਹਾ ਸੀਗਾ, ਮੈਂ ਉਦੋਂ ਹੀ SSP ਸਾਹਿਬ ਨੂੰ ਕਹਿ ਦਿੱਤਾ ਸੀਗਾ, ਔਰ ਕਾਫੀ ਜਿਹੜੇ ਆ CCTV ਕੈਮਰੇ ਜਿਹੜੇ ਖੰਗਾਲੇ ਗਏ ਨੇ, ਔਰ ਉਹਦੇ ਵਿੱਚ ਕੁਝ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਕੁਝ ਸਬੂਤ ਜਿਹੜੇ ਨੇ ਉਹ ਲੱਗ ਚੁੱਕੇ ਨੇ, ਬਹੁਤ ਜਲਦ ਅਸੀਂ ਬਾਕੀ ਵੀ ਦੋਸ਼ੀ ਗ੍ਰਿਫਤਾਰ ਕਰ ਲਾਂਗੇ। ਥੈਂਕ ਯੂ। ਸਨ ਕੈਬਨਿਟ ਮੰਤਰੀ ਹਰਭਜਨ ਸਿੰਘ ETO ਜਿਹੜੇ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਦੌਰੇ ਦੇ ਲਈ ਨਿਕਲੇ ਸਨ, ਤਾਂ ਇਹਨਾਂ ਦੇ ਵੱਲੋਂ ਅੱਜ ਪਿੰਡ ਉਦੋ ਨੰਗਲ ਵਿਖੇ ਪਹੁੰਚ ਕੇ ਲਿੰਕ ਸੜਕ ਦਾ ਉਦਘਾਟਨ ਕੀਤਾ ਗਿਆ, ਔਰ ਇਸ ਦੇ ਨਾਲ ਇਹਨਾਂ ਦੇ ਵੱਲੋਂ ਹੋਰਨਾਂ ਪਿੰਡਾਂ ਦੀਆਂ ਸੜਕਾਂ ਦਾ ਵੀ ਅੱਜ ਉਦਘਾਟਨ ਕੀਤਾ ਜਾਣਾ ਹੈ, ਔਰ ਇਹਨਾਂ ਦੇ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਕੰਟਰੋਲ ਦੇ ਅੰਦਰ ਦੱਸਿਆ ਗਿਆ, ਔਰ ਇਹਨਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਦੇ ਨਾਲ ਪੰਜਾਬ ਦੇ ਲੋਕ ਪੰਚਾਇਤਾਂ ਚੁਣਨ। ਜਗਬਾਣੀ TV ਦੇ ਲਈ ਕੈਪਟਨ ਸਿੰਘ, ਮਹਿਤਾ ਚੌਂਕ, ਅੰਮ੍ਰਿਤਸਰ।